ਹੁਣ ਵੀ ਐਂ ਕਹਿ ਦੇਣਗੇ, ਕਿੰਨੇ ਕੁ ਦਿਨ ਧਰਨਾ ਲਾ ਲੈਣਗੀਆਂ, ਕੀ ਕਰ ਲੈਣਗੀਆਂ ਸਾਡਾ, ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ। ਜੇ ਵਿਕਦਾ ਜੀ ਬੱਚੇ ਤਾਂ ਖਾਂਦੇ ਨੇ, ਜੇ ਵੇਚਣ ਵਾਲੇ ਹਟਾਏ ਜਾਣ ਫਿਰ ਗੱਲ ਠੀਕ ਨਹੀਂ ਹੈਗੀ। ਸੰਗਰੂਰ ਦੇ ਕਸਬੇ ਲੌਂਗੋਵਾਲ ਦੇ ਇਸ ਵਾਰਡ ਦੀਆਂ ਔਰਤਾਂ ਨਸ਼ਾ ਤਸਕਰਾਂ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ 4 ਸਤੰਬਰ ਤੋਂ ਧਰਨੇ ਉੱਤੇ ਬੈਠੀਆਂ ਹੋਈਆਂ ਨੇ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਪ੍ਰਿਗਾਬਲਿਨ ਕੈਪਸੂਲ ਸਣੇ ਹੋਰ ਨਸ਼ੇ ਉਹਨਾਂ ਦੀ ਬੀਹੀ ਤੱਕ ਪਹੁੰਚ ਗਏ ਨੇ। ਇਸ ਵਾਰਡ ਦੇ ਬਹੁਤੇ ਵਸਨੀਕ ਦਿਹਾੜੀਦਾਰਾਂ ਜਾਂ ਖੇਤ ਮਜ਼ਦੂਰਾਂ ਵਜੋਂ ਕੰਮ ਕਰਕੇ ਆਪਣਾ ਪਰਿਵਾਰ ਪਾਲਦੇ ਨੇ। ਇੱਥੇ ਰਹਿੰਦੀਆਂ ਔਰਤਾਂ ਵੀ ਮਜ਼ਦੂਰੀ ਕਰਦੀਆਂ ਨੇ, ਪਰ ਉਹ ਆਪਣਾ ਕੰਮ ਛੱਡ ਕੇ ਨਸ਼ੇ ਦੇ ਖਿਲਾਫ ਇਸ ਮੁਹਿੰਮ ਵਿੱਚ ਜੁਟੀਆਂ ਹੋਈਆਂ ਨੇ। ਔਰਤਾਂ ਦਾ ਕਹਿਣਾ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਇਸ ਨਸ਼ੇ ਦਾ ਸ਼ਿਕਾਰ ਹੋ ਗਏ ਨੇ ਅਤੇ ਉਹ ਚਾਹੁੰਦੀਆਂ ਨੇ ਕਿ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਕਾਰਵਾਈ ਕਰਨ ਦੀ ਥਾਂ ਨਸ਼ਾ ਵੇਚਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਵੇ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਧਰਨਾ ਸਾਨੂੰ ਇਸ ਕਰਕੇ ਦੇਣਾ ਪੈ ਰਿਹਾ ਜੀ ਵੀ ਨਸ਼ਾ ਕਰਦੇ ਨੇ, ਨਸ਼ਾ ਵਿਕਦਾ ਵੀ ਬਹੁਤ ਹੈ ਜੀ, ਜੇ ਵਿਕਦਾ ਜੀ ਬੱਚੇ ਤਾਂ ਖਾਂਦੇ ਨੇ, ਜੇ ਵੇਚਣ ਵਾਲੇ ਹਟਾਏ ਜਾਣ ਫਿਰ ਗੱਲ ਠੀਕ ਨਹੀਂ ਹੈਗੀ ਵੀ ਨਸ਼ਾ ਵਿਕਦਾ ਜੀ ਸਾਡੇ ਮੰਡੀ ਦੇ ਗੇਟ 'ਤੇ। ਸਾਨੂੰ 4 ਤਰੀਕ ਦਾ ਅਸੀਂ ਧਰਨਾ ਦੇ ਰਹੇ ਮਾਈਆਂ, ਸਾਡੇ ਨਾਲ ਸਾਰੇ ਬੈਠੀਆਂ ਨੇ ਮਾਈਆਂ ਸਾਡੇ ਮਹੱਲੇ ਦੀਆਂ ਇਕੱਠੀਆਂ ਹੋ ਕੇ। ਮੇਰੇ ਪਰਿਵਾਰ 'ਚ ਮੇਰਾ ਬੇਟਾ ਖਾਂਦਾ ਜੀ, ਮੇਰੇ 2 ਪੋਤੀਆਂ ਨੇ ਅਤੇ ਮਿਲ ਜਾਂਦਾ ਗਾ ਇੱਕ ਖਾ ਲੈਂਦਾ, ਇੱਕ ਮਿਲ ਜਾਂਦਾ ਗਾ, 2 ਮਿਲ ਜਾਂਦੇ ਨੇ 2 ਖਾ ਲੈਂਦਾ। ਕੋਈ ਜਦੋਂ ਮਿਲਦਾ ਜੀ ਉਹਨਾਂ ਨੇ ਤਾਂ ਖਾਣਾ ਹੀ ਆ ਜਦੋਂ ਮਿਲਦਾ ਗਾ। ਮੁਜ਼ਾਹਰਾ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵੀ ਨਸ਼ੇ ਵਧਣ ਕਰਕੇ ਮੁਹਾਲ ਹੋ ਗਈ ਹੈ। ਘਰੇ ਜੀ ਮੇਰਾ ਜੇਠ ਖਾਂਦਾ ਸੀ, ਇੱਕ ਅੱਧਾ ਕੈਪਸੂਲ ਜਿਹੜਾ ਕੋਈ ਮਿਲਦਾ ਸੀ ਉਹ ਖਾ ਲੈਂਦਾ ਸੀਗਾ, ਅਗਲਾ ਕੋਈ ਲਾਰਾ ਦੇ ਦਿੰਦਾ ਸੀਗਾ ਇੱਥੇ ਛੱਡਿਆ ਜਾਂ ਉੱਥੇ ਛੱਡਿਆ, ਖਾ ਲੈਂਦਾ ਸੀ ਇੱਕ ਅੱਧਾ ਮਿਲਦਾ ਜਿਹੜਾ ਖਾ ਲੈਂਦਾ ਗਾ, ਜੇ ਨਹੀਂ ਮਿਲਦਾ ਗਾ ਜੀ ਬਸ ਉਹ ਗਾਲਾਂ ਕੱਢਣ ਲੱਗ ਜਾਂਦਾ ਗਾ। ਸਾਡੀਆਂ ਕੋਈ ਕੁੜੀਆਂ ਨਹੀਂ ਆਹ ਗਲੀ 'ਚ ਲੰਘਦੀਆਂ ਜਿੱਥੇ ਅਸੀਂ ਬੈਠੇ ਹਾਂ ਹੁਣ, ਕੋਈ ਬਹੂ ਨਹੀਂ ਆਉਂਦੀ ਇੱਧਰ, ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ, ਕੋਈ ਆ ਦੁਕਾਨਾਂ ਨੇ ਇੱਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ, ਕੋਈ ਨਾ ਬਹੂ ਆਵੇ ਨਾ ਕੁੜੀ ਆਵੇ, ਅਸੀਂ ਵੀ ਲੰਘਦੇ ਹਾਂ ਜਦੋਂ ਪੂਰਾ ਇੱਥੇ ਨਸ਼ੇ ਵਾਲੇ ਪੂਰੇ ਖੜ੍ਹੇ ਹੁੰਦੇ ਨੇ, ਅਸੀਂ ਮੰਗ ਕਰਦੇ ਹਾਂ ਵੀ ਸਾਡੇ ਨਸ਼ਾ ਵਿਕਣੋਂ ਹਟ ਜਾਏ ਜੀ, ਸਾਡੇ ਇੱਧਰੋਂ ਗਲੀਆਂ 'ਚ ਲੰਘਣੋਂ ਹਟ ਜਾਣ, ਸਾਡੇ ਆਹ ਦਰੇ 'ਤੇ ਕੋਈ ਨਸ਼ਾ ਨਾ ਵਿਕੇ, ਜਾਂ ਸਾਥੋਂ ਲਿਖ ਕੇ ਲੈ ਲੈਣਾ ਜਿਹੜੇ ਟੀਕੇ ਲਾ ਕੇ ਘਰਾਂ 'ਚ ਵੜਦੇ ਨੇ, ਕੋਈ ਮਰ ਗਿਆ ਜ਼ਿੰਮੇਵਾਰ ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣਾ। ਇੱਥੋਂ ਦੇ ਹੀ ਨੇੜੇ ਰਹਿੰਦੇ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੋਕਾਂ ਦੇ ਬਾਵਜੂਦ ਪ੍ਰਿਗਾਬਲਿਨ ਕੈਪਸੂਲ ਜਿਹੇ ਨਸ਼ੇ ਵਿਕ ਰਹੇ ਨੇ। ਬਹੁਤ ਜ਼ਿਆਦਾ ਨਸ਼ਾ ਵਿਕਦਾ ਇਹ, ਤੁਸੀਂ ਐਂ ਹਿਸਾਬ ਲਾ ਲਓ ਵੀ ਆਲੇ ਦੁਆਲੇ ਦੇ ਪਿੰਡਾਂ 'ਚ ਪੁੱਛ ਲਓ ਵੀ ਨਸ਼ਾ ਕਿੱਥੇ ਮਿਲਦਾ, ਕਹਿਣਗੇ ਲੌਂਗੋਵਾਲ ਮਿਲਦਾ, ਅਨਾਜ ਮੰਡੀ ਦੇ ਗੇਟ 'ਤੇ ਮਿਲਦਾ, ਬਹੁਤ ਜ਼ਿਆਦਾ ਨਸ਼ਾ ਭੱਜ ਭੱਜ ਕੇ ਸਾਡੀਆਂ ਦੁਕਾਨਾਂ ਦੇ ਵਿੱਚ ਵੜਦੇ ਨੇ, ਘਰਾਂ ਦੇ ਵਿੱਚ ਵੜਦੇ ਨੇ ਜਾ ਕੇ, ਬਹੁਤ ਜ਼ਿਆਦਾ ਨਸ਼ਾ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ, ਜਿਹੜੇ ਪਹਿਲੀ ਗੱਲ ਤਾਂ ਇਹ ਸਿਗਨੇਚਰ ਕੈਪਸੂਲ ਨੇ ਜਿਹੜੇ, ਇਹਨਾਂ ਨੂੰ NTPS ਧਾਰਾ ਦੇ ਅਧੀਨ ਲਿਆਉਣਾ ਚਾਹੀਦਾ। ਥਾਣਾ ਲੌਂਗੋਵਾਲ ਦੇ SHO ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਧਰਨਾ ਸਿਰਫ ਕੁਝ ਹੀ ਔਰਤਾਂ ਵੱਲੋਂ ਲਗਾਇਆ ਗਿਆ। ਮਾਨਯੋਗ DC ਸਾਹਿਬ ਨੇ ਸਿਗਨੇਚਰ ਵਾਲੇ ਕੈਪਸੂਲ ਉਹ ਈਜ਼ੀ ਅਵੇਲੇਬਲ ਹੋ ਜਾਂਦੇ ਨੇ, ਉਹਨਾਂ ਦੇ ਅਕੋਰਡਿੰਗ ਇੱਕ ਆਰਡਰ ਪਾਸ ਕੀਤਾ ਹੋਇਆ ਕਿ ਜੇ ਉਹ ਕਿਸੇ ਬੰਦੇ ਤੋਂ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਜਿੱਥੇ ਸਾਨੂੰ ਪਤਾ ਲੱਗਿਆ ਸੀ, ਇੱਕ ਸ਼ਿਕਾਇਤ ਆਈ ਸੀ ਕਿ ਇਸ ਤਰ੍ਹਾਂ ਦੇ ਕੁਝ ਬੰਦੇ ਹੈਗੇ ਨੇ, ਅਸੀਂ ਰੇਡ ਕਰਕੇ ਉੱਥੋਂ ਲਿਆ ਕੇ ਅਸੀਂ ਕੱਲ੍ਹ 5-6 ਵਿਅਕਤੀਆਂ ਦੇ ਉੱਤੇ ਜਿਹੜਾ ਹੈਗਾ FIR ਵੀ ਦਰਜ ਕਰੀ ਹੈ। ਇਹ ਮੇਰੇ ਧਿਆਨ 'ਚ ਆਇਆ ਕਿ ਇਹ ਜਿਹੜੇ ਹੁਣ ਉੱਥੇ ਕੁਛ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਵਿੱਚੋਂ ਹੀ ਉਹਨਾਂ ਦੇ ਹੀ ਉਹ ਕੁਛ ਰਿਸ਼ਤੇਦਾਰ ਨੇ ਜਿਹਨਾਂ ਦੇ ਉੱਤੇ ਕੱਲ੍ਹ ਪਰਚਾ ਦਰਜ ਹੋਇਆ, ਉਹ ਹੁਣ ਅੱਜ ਕੁਛ ਹੋਰ ਲੇਡੀਜ਼ ਆ ਕੇ ਨਾਲ ਉੱਥੇ ਬੈਠ ਗਈਆਂ। ਇਹ 5-7 ਕੁ ਲੇਡੀਜ਼ ਨੇ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ, ਇਹਨਾਂ ਨੂੰ ਥੋੜ੍ਹਾ ਜਿਹਾ ਜੋ ਸਿਸਟਮ ਚੱਲ ਰਿਹਾ ਇਹਨਾਂ ਨੂੰ ਮਿਸਗਾਈਡ ਵੀ ਕਰ ਰਹੇ ਨੇ ਕੁਛ ਬੰਦੇ।